ਹਾਂਜੀ, ਕਿੱਥੋਂ ਰਹਿਣ ਵਾਲੇ ਤੁਸੀਂ? ਸਰ ਜੀ ਕਿਸ਼ੋਰ ਸਿੰਘ 'ਚ ਰਹਿਣ ਵਾਲੇ ਹਾਂ। ਅਤੇ ਜਿਹੜੀ ਇਹ ਸ਼ਰਮ ਨਾਲ ਹਰਕਤ ਹੋਈ, ਕਿਸ ਤਰ੍ਹਾਂ ਹੋਈ ਕੀ ਤੁਹਾਡੀ? ਇਹ ਸਰ ਜੀ ਇਹਨਾਂ ਦੀ ਇਹ 15 ਸਾਲ ਉਮਰ ਹੈ ਸਾਰੀ। ਸਰ ਜੀ ਅਸੀਂ ਗਏ ਸੀ ਬਾਹਰ ਗੋਡੀ ਲਾਉਣ ਕਿਸੇ ਦੇ ਖੇਤ ਵਿੱਚ, ਉੱਥੇ ਪਿੱਛੇ ਮੇਰੀ ਕੁੜੀ ਚੱਲੀ ਸੀ ਮੇਰੀ ਹੈਲਪ ਕਰਨ। ਉਸ ਤੋਂ ਬਾਅਦ ਉਹ ਮੁੰਡੇ ਨੂੰ ਪਤਾ ਲੱਗਿਆ ਬਾਹਰ ਆ ਗਈ, ਉਹਨੇ ਜ਼ਬਰਦਸਤੀ ਇਹਨੂੰ ਧੱਕੇ ਨਾਲ ਬਿਠਾ ਕੇ ਮੋਟਰਸਾਈਕਲ 'ਤੇ ਲੈ ਗਿਆ। ਉਸ ਤੋਂ ਬਾਅਦ ਖੇਤੀ 'ਚ ਜਾ ਕੇ ਉਹਨੇ ਇਹਦੇ ਨਾਲ ਮਾੜੀ ਹਰਕਤ ਕੀਤੀ। ਸਾਨੂੰ ਨਹੀਂ ਪਤਾ ਸੀ ਸਰ ਜੀ, ਸਾਨੂੰ ਇਨਸਾਫ ਚਾਹੀਦਾ ਹੈ ਸਾਡੇ ਨਾਲ। ਹਾਂ ਰੋਈ ਵੀ ਬਹੁਤ ਕਰਲਾਈ, ਪਰਿੰਦ ਕਿਸੇ ਨੇ ਨਹੀਂ ਸੁਣੀ। ਸਾਨੂੰ ਇਨਸਾਫ ਚਾਹੀਦਾ ਹੈ, ਇਸ ਤਰ੍ਹਾਂ ਮਾੜੀ ਹਰਕਤ ਕਰਨ ਵਾਲਾ ਮੁੰਡਾ, ਵਿਆਹਿਆ ਮੁੰਡਾ ਹੈ, ਬੱਚੇ ਵਾਲਾ ਮੁੰਡਾ ਹੈ, ਉਹਨੂੰ ਸ਼ਰਮ ਨਹੀਂ ਆਈ ਆਪਦੀ ਧੀ ਜੱਡੀ ਕੁੜੀ ਨਾਲ ਇਸ ਤਰ੍ਹਾਂ ਕੰਮ ਕਰਦਿਆਂ ਨੂੰ, ਤੇ ਸਾਨੂੰ ਇਨਸਾਫ ਚਾਹੀਦਾ ਹੈ ਸਰ ਜੀ। ਅਜੇ ਤੱਕ ਗ੍ਰਿਫਤਾਰੀ ਹੋਈ ਹੈ? ਨਹੀਂ ਹੋਈ ਸਰ ਜੀ, ਕੁਛ ਵੀ ਨਹੀਂ ਹੋਇਆ ਸਾਡੀ, ਕਿਸੇ ਨਹੀਂ ਸੁਣੀ। ਉਹਨਾਂ ਦੇ ਚਾਚੇ ਤਾਏ ਨੇ ਇੱਥੇ ਉੱਥੇ ਆਂਦਾ ਜਾਂਦਾ ਸੀ, ਸਾਨੂੰ ਕੋਈ ਪਤਾ ਨਹੀਂ ਸਰ ਜੀ। ਉਹਦੇ ਨਾਂ ਸ਼ਿੰਦਰ ਸਿੰਘ ਏ। ਬਹੁਤ ਉਹਨੇ ਮਾੜੀ ਸਾਡੇ ਨਾਲ ਹਰਕਤ ਕੀਤੀ। ਸੁਣੋ ਸਾਡੀ ਕਾਰੋਬਾਰੀ ਕਰੋ, ਹੋਣੀ ਚਾਹੀਦੀ ਸਰ ਜੀ। ਹਾਂ ਫੜੀਟਣੇ ਚਾਹੀਦੇ ਨੇ, ਸਜ਼ਾ ਵੀ ਹੋਣੀ ਚਾਹੀਦੀ, ਫਾਂਸੀ ਦੀ ਸਜ਼ਾ ਉਹਨੂੰ ਦਿੱਤੀ ਜਾਵੇ। ਕਿੱਥੇ ਗਏ? ਅਸੀਂ ਮੰਮਾ ਦੇ ਮਗਰ ਗਏ ਸੀ ਖੇਤੀ ਕਰਨ, ਮਦਦ ਕਰਨ ਲਈ। ਨਾਲ ਉੱਥੇ ਆ ਗਏ, ਮੰਮੀ ਮਿਰਚਾਂ ਨੂੰ ਗੋਡੀ ਲਾਉਣ ਗਏ ਸੀ। ਹਾਂਜੀ, ਤੇ ਉੱਥੇ ਮਗਰ ਚੱਲੀ ਸੀ ਤੇ ਉੱਥੇ ਆ ਗਿਆ ਸੀ, ਜ਼ਬਰਦਸਤੀ ਮੋਟਰਸਾਈਕਲ ਤੇ ਬਿਠਾ ਕੇ ਲੈ ਗਿਆ। ਕੌਣ ਸੀ ਮੁੰਡਾ? ਸ਼ਿੰਦਰ ਸਿੰਘ, ਕਾਕੜਿਆਂ ਦਾ ਰਹਿਣ ਵਾਲਾ। ਰੌਲਾ ਪਾਇਆ ਤੁਸੀਂ? ਰੌਲਾ ਪਾਇਆ ਕੋਈ ਵੀ ਨਹੀਂ ਸੀ ਉੱਥੇਗਾ, ਕਿਸੇ ਨੇ ਵੀ ਨਹੀਂ ਸੁਣਿਆ ਸੀ। ਮੋਟਰਸਾਈਕਲ ਭਜਾ ਕੇ ਲੈ ਗਿਆ। ਕਿਸ ਤਰ੍ਹਾਂ ਦੀ ਮੰਗ ਤੁਹਾਡੀ? ਕਾਰਵਾਈ ਹੁੰਦੀ ਸਖਤ ਸਖਤ ਨੂੰ ਸਜ਼ਾ ਦਿੱਤੀ ਜਾਵੇ, ਫਾਂਸੀ ਦੀ। ਤੁਸੀਂ ਰੋਂਦੇ ਵੀ ਰਹੇ? ਹਾਂਜੀ ਕਾਫੀ ਚਲਾਏ। ਹਾਂਜੀ ਕੋਈ ਵੀ ਨਹੀਂ, ਆਸ ਪਾਸ ਕੋਈ ਵੀ ਨਹੀਂ ਹੈਗਾ ਸੀ। ਕੋਈ ਚਲਾਇਆ ਨਹੀਂ ਕਿਸੇ ਨੇ? ਨਹੀਂ।